ਤੁਸੀਂ ਵੇਖ ਰਹੇ ਹੋ ਚੈਨਲ ਪੰਜਾਬ, ਸ਼ਾਨ ਪੰਜਾਬ ਦੀ। ਕੀ ਅੱਜ ਦੀ ਤਰੀਕ 'ਚ ਨਾ ਆਮ ਆਦਮੀ ਪਾਰਟੀ ਦਾ ਕੋਈ ਬੇਸ ਰਹਿ ਗਿਆ ਅਤੇ ਟਕਸਾਲੀਆਂ ਦਾ ਜਮਾਂ ਹੀ ਹੈ। ਐੱਸ ਆਈ ਟੀ ਵੀ ਜੋ ਕੈਪਟਨ ਅਮਰਿੰਦਰ ਸਿੰਘ ਅਤੇ ਮੰਤਰੀ ਕਹਿ ਰਹੇ ਉਸ ਹਿਸਾਬ ਨਾਲ ਚੱਲ ਰਹੀ ਹੈ। ਲੋਕ ਸਭਾ ਚੋਣਾਂ ਨੇੜੇ ਆਉਂਦਿਆਂ ਵੇਖ ਕੇ ਸਿਆਸੀ ਪਾਰਟੀਆਂ ਪੱਬਾਂ ਭਾਰ ਹੋਈਆਂ ਪਈਆਂ ਨੇ, ਜਿਸ ਨੂੰ ਲੈ ਕੇ ਉਹਨਾਂ ਵੱਲੋਂ ਮੀਟਿੰਗਾਂ ਦਾ ਦੌਰ ਸ਼ੁਰੂ ਹੈ ਅਤੇ ਕਈ ਪਾਰਟੀਆਂ ਵੱਲੋਂ ਦੂਸਰੀਆਂ ਪਾਰਟੀਆਂ ਨਾਲ ਗੱਠਜੋੜ ਵੀ ਕੀਤੇ ਜਾ ਰਹੇ ਨੇ। ਇਸਦੇ ਚੱਲਦੇ ਹੀ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਪ੍ਰਚਾਰ ਕਰਨ ਦੇ ਲਈ ਹੁਸ਼ਿਆਰਪੁਰ ਵਿਖੇ ਪਹੁੰਚੇ, ਜਿੱਥੇ ਉਹਨਾਂ ਨੇ ਲੋਕਾਂ ਨਾਲ ਮੀਟਿੰਗ ਕੀਤੀ ਅਤੇ ਉੱਥੇ ਹੀ ਉਹਨਾਂ ਨੇ ਪੱਤਰਕਾਰਾਂ ਨਾਲ ਵੀ ਗੱਲਬਾਤ ਕੀਤੀ। ਇਸ ਦੌਰਾਨ ਉਹਨਾਂ ਨੇ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ 'ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਜਿੰਨਾ ਵੀ ਜਿਹੜੇ ਵੀ ਮੈਦਾਨ ਚਾਹੁੰਗੇ ਚੰਗਾ, ਕੰਪਟੀਸ਼ਨ ਹੋਊਗੀ, ਪਰ ਮੈਂ ਇੰਨਾ ਕਹਿਣਾ ਚਾਹੁੰਦਾ ਕਿ ਅੱਜ ਦੀ ਤਰੀਕ 'ਚ ਨਾ ਆਮ ਆਦਮੀ ਪਾਰਟੀ ਦਾ ਕੋਈ ਬੇਸ ਰਹਿ ਗਿਆ ਅਤੇ ਟਕਸਾਲੀਆਂ ਦਾ ਜਮਾਂ ਹੀ ਹੈ ਨਹੀਂ। ਜਿਹੜਾ ਹੈਗਾ ਬ੍ਰਹਮਪੁਰਾ ਸਾਹਿਬ ਦਾ ਤਾਂ ਬਿਲਕੁਲ ਬੇਸ ਹੈ ਨਹੀਂ। ਇਸਦੇ ਨਾਲ ਹੀ ਸੁਖਬੀਰ ਬਾਦਲ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਾਂਗ ਐੱਸ ਆਈ ਟੀ 'ਤੇ ਵੀ ਸਵਾਲ ਚੁੱਕੇ ਨੇ। ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਬਣਾਈ ਗਈ ਐੱਸ ਆਈ ਟੀ ਵੀ ਸਰਕਾਰ ਦੇ ਹੱਥਾਂ 'ਚ ਹੈ। ਮੈਂ ਸੁਣਿਆ ਜਿਹੜੀ ਐੱਸ ਆਈ ਟੀ ਹੈ, ਜਿਵੇਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਸੀ ਜਿਹੜਾ ਪੋਲੀਟੀਕਲ ਬੇਸ ਬਣ ਗਿਆ ਸੀ, ਪੋਲੀਟਿਕਸ ਖੇਡਣ ਲੱਗ ਗਿਆ ਸੀ। ਜਸਟਿਸ ਰਣਜੀਤ ਸਿੰਘ ਜੋ ਕੈਪਟਨ ਅਮਰਿੰਦਰ ਸਿੰਘ ਹੈ ਉਹੀ ਕਰਦਾ ਸੀ, ਅਸੀਂ ਉਦੋਂ ਵੀ ਉਹਨਾਂ ਨੂੰ ਰਿਜੈਕਟ ਕਰਤਾ। ਮੈਨੂੰ ਸਾਨੂੰ ਉਮੀਦ ਸੀ ਕਿ ਐੱਸ ਆਈ ਟੀ ਜੋ ਆਫਿਸਰਸ ਦੀ ਹੈ ਕਿ ਉਹ ਕੋਈ ਡਿਸਾਈਸਿਵ ਕੋਈ ਦੋਸ਼ੀਆਂ ਨੂੰ ਫੜੂਗੀ, ਕੋਈ ਮੈਰਿਟ 'ਤੇ ਕੰਮ ਕਰੂਗੀ। ਪਰ ਹੁਣ ਸਾਨੂੰ ਦੇਖਿਆ ਕਿ ਐੱਸ ਆਈ ਟੀ ਵੀ ਜੋ ਕੈਪਟਨ ਅਮਰਿੰਦਰ ਸਿੰਘ ਅਤੇ ਮੰਤਰੀ ਕਹਿ ਰਹੇ ਉਸ ਹਿਸਾਬ ਨਾਲ ਚੱਲ ਰਹੀ ਹੈ, ਉਹ ਪੋਲੀਟਿਕਸ ਖੇਡਣ ਲੱਗ ਗਏ ਹੈ। ਹੁਣ ਇਹ ਜੇ ਹੁਣ ਮਨਤਾਰ ਸਿੰਘ ਬਰਾੜ ਜੋ ਇੱਕ MLA ਹੈ ਕੋਟਪੁਰ ਦਾ, ਹਮਲੇ ਜਿਸ ਹਲਕੇ ਦੇ ਉੱਤੇ ਉਹ ਇੰਸੀਡੈਂਟ ਹੋਇਆ ਹੈ, ਜੇ ਤੁਸੀਂ ਉਹਨੂੰ ਵਾਰ ਵਾਰ ਉਹਨੂੰ ਹੈਰੈਸ ਕਰੋਗੇ, ਉਹਨੂੰ ਫੋਰਸ ਕਰੋਗੇ, ਉਹਦੀ ਕੋਈ ਕੌਂਸਟੀਟਿਊਸ਼ਨ ਦਾ ਕੋਈ ਪੋਸਟ ਨਹੀਂ ਸੀ। ਆ ਕਲੀਅਰ ਕੱਟ ਇਹਨਾਂ ਦਾ ਡਿਜ਼ਾਈਨ ਹੋਰ ਹੈ। ਇਹਨਾਂ ਦਾ ਕੰਮ ਹੈ ਕਿ ਐੱਸ ਆਈ ਟੀ ਰਾਹੀਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਛੱਡਣਾ ਚਾਹੁੰਦੇ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਅਸੀਂ ਪਹਿਲੇ ਬਾਦਲ ਸਾਹਿਬ ਅਤੇ ਮੈਂ ਪਹਿਲੇ ਸੀ ਜਿਹੜਾ ਐੱਸ ਆਈ ਟੀ ਦੇ ਸਾਹਮਣੇ ਪੇਸ਼ ਹੋਇਆ। ਕਿਉਂ? ਸਾਨੂੰ ਉਮੀਦ ਸੀ ਕਿ ਉਹ ਕੋਈ ਇਨਸਾਫ ਦੇਣਗੇ, ਪਰ ਹੁਣ ਇਹ ਲੱਗਦਾ ਸਾਨੂੰ ਕੋਈ ਇਨਸਾਫ ਦੀ ਉਮੀਦ ਨਹੀਂ ਹੈ, ਪੰਜਾਬ ਦੇ ਲੋਕਾਂ ਨੂੰ ਕੋਈ ਇਨਸਾਫ ਦੀ ਉਮੀਦ ਨਹੀਂ ਹੈ। ਆਹ ਸਾਰਾ ਪੋਲੀਟੀਕਲ ਗੇਮ ਐੱਸ ਆਈ ਟੀ ਕਰ ਰਹੀ ਹੈ, ਸੋ ਵੀ ਸਟਰੋਂਗਲੀ ਰਿਜੈਕਟ ਐੱਸ ਆਈ ਟੀ, ਵੀ ਡੋਂਟ ਐਕਸੈਪਟ। ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅਪੂਰਨ ਸਬੰਧਾਂ 'ਤੇ ਬੋਲਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਹੁਣ ਤਾਂ ਪਾਕਿਸਤਾਨ ਵੱਲੋਂ ਵਿੰਗ ਕਮਾਂਡਰ ਪਾਇਲਟ ਅਭਿਨੰਦਨ ਨੂੰ ਵਾਪਸ ਭੇਜ ਦਿੱਤਾ ਅਤੇ ਹੁਣ ਲੜਾਈ ਦੇ ਘੱਟ ਆਸਾਰ ਨੇ। ਇਸ ਦੇ ਨਾਲ ਹੀ ਉਹਨਾਂ ਨੇ ਫਿਰ ਤੋਂ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਚੁਣਨ ਦੀ ਗੱਲ ਵੀ ਕਹਿ ਦਿੱਤੀ ਹੈ। ਮੈਂ ਉਹਨਾਂ ਬਾਰੇ ਕੁਛ ਨਹੀਂ ਕਮੈਂਟ ਕਰਨਾ ਚਾਹੁੰਦਾ ਕਿ ਜੋ ਐਕਸ਼ਨ ਮੋਦੀ ਸਾਹਿਬ ਨੇ ਲਿੱਤਾ, ਅੱਜ ਤੱਕ ਕਾਂਗਰਸ ਦੇ ਇੰਨੇ ਸਾਲ ਦੇ ਪ੍ਰਧਾਨ ਮੰਤਰੀ ਰਹੇ ਹੈ, ਆਪਣੇ ਪਾਰਲੀਮੈਂਟ 'ਤੇ ਵੀ ਹਮਲਾ ਹੋਇਆ, ਪਾਰਲੀਮੈਂਟ ਮੀਨਸ ਆਪਣੇ ਸਰਕਾਰ 'ਤੇ ਸਿੱਧਾ ਹਮਲਾ ਆਇਆ, ਉਦੋਂ ਕੁਛ ਨਹੀਂ ਕੀਤਾ ਇਹਨਾਂ ਨੇ, ਉਦੋਂ ਸਰਕਾਰ ਇਹਨਾਂ ਦੀ ਸੀ। ਬਾਦਲ ਦੇ ਨੇੜੇ ਜਿਹੜੇ ਪਿੰਡ ਹੈਗੇ ਆ ਉੱਥੇ ਕਾਫੀ ਜ਼ਿਆਦਾ ਇਸ ਵੇਲੇ ਦਹਿਸ਼ਤ ਦਾ ਮਾਹੌਲ ਹੈਗਾ, ਬੇਸ਼ੱਕ ਕੈਪਟਨ ਸਾਹਿਬ ਚੱਕਰ ਮਾਰ ਰਹੇ ਨੇ, ਅਸੀਂ ਦਿਲਾਸਾ ਦੇ ਰਹੇ ਹਾਂ, ਪਰ ਪਿੰਡ ਖਾਲੀ ਹੋ ਰਹੇ ਜੀ। ਉਹ ਸਾਈਕੋਲੋਜੀਕਲ ਹੈਗਾ, ਪਰ ਮੈਨੂੰ ਲੱਗਦਾ ਨਹੀਂ ਕਿ ਹੁਣ ਕੋਈ ਐਸਕਲੇਸ਼ਨ ਹੋਣੀ ਹੈ। ਜੇ ਜੇ ਉਹਨਾਂ ਨੇ ਆਪਣਾ ਪਾਇਲਟ ਹੀ ਵਾਪਸ ਕਰ ਦਿੱਤਾ, ਮੈਨੂੰ ਲੱਗਦਾ ਹੁਣ ਟੈਨਸ਼ਨ, ਮੈਨੂੰ ਲੱਗਦਾ ਨਹੀਂ ਕਿ ਹੁਣ ਕੋਈ ਵਾਰ ਤਰਫ ਗੱਲ ਬਣੀ ਹੈ। ਆਈ ਐਸ ਆਈ ਦਾ ਇੱਕ ਪਰਦਾਫਾਸ਼ ਹੋਇਆ ਜੰਮੂ ਦੇ ਵਿੱਚ, ਕੁਝ ਸੁਰੱਖਿਆ ਬਲਾਂ ਨੂੰ ਜਿਹੜਾ ਹੈ ਉਹਨਾਂ ਦੇ ਖਾਣੇ ਦੇ ਵਿੱਚ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ, ਉਸ ਨੂੰ ਲੈ ਕੇ ਕੁਛ ਕੀ? ਸੀ, ਮੈਂ ਇਹ ਕਹਿੰਦਾ ਕਿ ਆਈ ਐਸ ਆਈ ਦਾ ਪਲਾਨ ਲਗਾਤਾਰ ਦੇਸ਼ ਦੇ ਖਿਲਾਫ ਹੈ। ਅੱਜ ਜੇ ਦੇਸ਼ ਨੂੰ ਇਕੱਠਾ ਰੱਖਣਾ ਹੈ
ਇੱਕ ਸਟਰੋਂਗ ਪ੍ਰਾਈਮ ਮਿਨਿਸਟਰ ਦੀ ਲੋੜ ਹੈ। ਜੇ ਕੋਈ ਵੀਕ ਪ੍ਰਾਈਮ ਮਿਨਿਸਟਰ ਬਣ ਗਿਆ ਪੰਜਾਬ 'ਚ ਵੀ ਅੱਤਵਾਦ ਫੈਲ ਸਕਦਾ। ਅੱਜ ਪੰਜਾਬ ਨਹੀਂ ਪੂਰੇ ਦੇਸ਼ ਨੂੰ ਬਚਾਉਣ ਵਾਸਤੇ ਇੱਕ ਸਟਰੋਂਗ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਹੀ ਹੈ। ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ ਨੇੜੇ ਨੇ, ਜਿਸ ਨੂੰ ਲੈ ਕੇ ਸਿਆਸੀ ਅਖਾੜਾ ਖੂਬ ਭਖਿਆ ਹੋਇਆ ਅਤੇ ਪਾਰਟੀਆਂ ਵੱਲੋਂ ਆਪਣੀ ਜਿੱਤ ਦਾ ਹੋਣ ਦਾ ਪੂਰਾ ਦਾਅਵਾ ਕੀਤਾ ਜਾ ਰਿਹਾ। ਜਿੱਤ ਦਾ ਝੰਡਾ ਕਿਹੜੀ ਪਾਰਟੀ ਗੱਢੇਗੀ ਇਹ ਤਾਂ ਲੋਕ ਸਭਾ ਚੋਣਾਂ ਤੋਂ ਬਾਅਦ ਹੀ ਪਤਾ ਲੱਗੇਗਾ। ਹੁਸ਼ਿਆਰਪੁਰ ਤੋਂ ਬਿਊਰੋ ਰਿਪੋਰਟ, ਚੈਨਲ ਪੰਜਾਬ। ਸਾਡੀ ਲੇਟੈਸਟ ਖਬਰ ਨੂੰ ਸਭ ਤੋਂ ਪਹਿਲਾਂ ਵੇਖਣ ਲਈ ਸਾਡੇ ਚੈਨਲ ਪੰਜਾਬ ਨੂੰ ਕਰੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਲਈ ਦਬਾਓ ਬੈਲ ਦਾ ਬਟਨ। It's cool to be Punjabi.